ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਲ ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵਾਰੀ ਇਸ ਘਰ ਦੇ ਵਿੱਚ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਹੈ ਅਤੇ ਇੱਕ ਬਿਲਕੁਲ ਤਾਜ਼ੀ ਸੋਈ ਗਾਂ ਦਿਖਾਉਣੀ ਹੈ ਜਿਹਦੇ ਮਗਰ ਬੱਚਾ ਕਾਫੀ ਖੂਬਸੂਰਤ ਆਪਾਂ ਵੱਛੀ ਦੇਖ ਸਕਦੇ ਹਾਂ ਅਤੇ ਇੱਕ ਤੁਹਾਨੂੰ ਆਹ ਤੋਕੜ ਗਾਂ ਤੁਹਾਨੂੰ ਦਿਖਾਵਾਂਗੇ ਆਹ ਹੁਣ ਗੱਲਬਾਤ ਆਪਾਂ ਵੀਰ ਜੀ ਹੁਣ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਨਾਮ ਦੱਸ ਦਿਓ ਕਰੀਏ ਨਾਮ ਮੇਰਾ ਵੀਰ ਪ੍ਰਿਤਪਾਲ ਸਿੰਘ ਜੀ ਅਤੇ ਐਡਰੈਸ ਵੀ ਦੱਸ ਦਿਓ ਵੀਰ ਜੀ ਐਡਰੈਸ ਵੀਰ ਜੀ ਪਿੰਡ ਚਾਲ ਕਲਾਂ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਲਾਗੇ ਆਪਾਂ ਨੂੰ ਗੁਰਦੁਆਰਾ ਅਚਲ ਸਾਹਿਬ ਮੇਨ ਰੋਡ ਹਾਂਜੀ 1 ਕਿਲੋਮੀਟਰ ਤੇ ਪੈਂਦਾ ਜੀ ਠੀਕ ਹੈ ਤੇ ਜਿਹੜਾ ਵਾ ਬਟਾਲੇ ਤੋਂ ਜਲੰਧਰ ਨੂੰ ਜਿਹੜਾ ਵਾ ਮੇਹਤੇ ਨੂੰ ਰੋਡ ਜਾਂਦਾ ਵਾ ਹਾਂਜੀ 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 ਜਲੰਧਰ ਉਹ ਰੋਡ ਤੇ ਹੈ ਨਾ ਆਪਣਾ ਠੀਕ ਹੈ ਫੋਨ ਨੰਬਰ ਇੱਕ ਵਾਰੀ ਬੋਲ ਦਿਓ ਨੰਬਰ ਜੇ ਵੀਰ ਜੀ 9115582813 ਹਾਂਜੀ 82 13 ਠੀਕ ਹੈ 9115582813 ਠੀਕ ਹੈ ਜਿਹੜਾ ਵਟਸਐਪ ਨੰਬਰ ਆ ਉਹ 7710771 ਹਾਂਜੀ 9475 ਠੀਕ ਹੈ ਤੇ ਆਪਾਂ ਗਾਵਾਂ ਦਾ ਕੰਮ ਕਰੀਦਾ ਫਿਰ ਗਾਵਾਂ ਦਾ ਵੀਰ ਜੀ ਗਾਵਾਂ ਦਾ ਜੀ ਠੀਕ ਹੈ ਤੇ ਅੱਜ ਦੋ ਗਾਵਾਂ ਫਿਰ ਆਪਣੇ ਕੋਲ ਹਨਾ ਯਾ ਇੱਕ ਸੱਜਰ ਸੂਈ ਗਾਈ ਰਾਤ ਦੀ ਭਾਈ ਹਾਂ ਦੇਖ ਸਕਦੇ ਹੋ ਤਾਜੀ ਸੂਈ ਜਿਹੜੀ ਗਾਂ ਇੱਕ ਤੁਹਾਨੂੰ ਦਿਖਾਉਣੀ ਹੈ ਬੱਚਾ ਕਾਫੀ ਖੂਬਸੂਰਤ ਹੈ ਵੀਰ ਜੀ ਬੱਚਾ ਮਗਰ ਵੱਛੀ ਆ ਗਈ ਜੀ ਵੱਛੀ ਉਹ ਪੰਦੀ ਆ ਜੀ ਮੈਨੂੰ ਹੁੰਦੇ ਤਾਜੀ ਸੂਈ ਹੈ ਜੇ ਜਿਹੜੀ ਆ ਦੇਖ ਸਕਦੇ ਜੀ ਤਾਜੀ ਹੈ ਜੀ ਆ ਵੱਛੀ ਜੀ ਸੋਹਣੀ ਵੱਛੀ ਹੈ ਜਿਹੜੀ ਚਲੋ ਕੋਈ ਗੱਲ ਨਹੀਂ ਰਹਿਣ ਦੇ ਵਿੱਚ ਤੇ ਵੀਰ ਜੀ ਸੂਆ ਕਿਨਵਾ ਸੂਈ ਜੇ ਸੂਆ ਭਾਜੀ ਦੂਜਾ ਜੇ ਦੂਸਰਾ ਸੂਆ ਸੂਈ ਆ ਦੋ ਭਾਜੀ ਇਹ ਛੱਗੀ ਜੇ ਅੱਛਾ ਮੂੰਹ ਛੱਗੀ ਆ ਹਾਂਜੀ ਭਾਜੀ ਤੇ ਇਹਨੂੰ ਕਿੰਨਾ ਕੁ ਚਿਰ ਹੋ ਗਿਆ ਜੀ ਸੂਈ ਨੂੰ ਸੂਈ ਨੂੰ ਭਾਜੀ ਰਾਤੀ ਸੂਈ ਆ ਕੋ 9 ਕੁ ਵਜੇ ਨਾਲ ਸੂਈ ਆ ਅੱਛਾ 12 ਕੁ ਵਜੇ ਜੇਰ ਪਾਤੀ ਆ ਤੇ ਸਵੇਰੇ ਚੋਈ ਜੇ 2.5 ਕਿਲੋ ਚੋਈ ਝੂੜਨੀ ਜੇ ਮਾਰ ਅੱਛਾ 2.5 ਕਿਲੋ ਚੋਈ ਆ ਤੇ ਚਵਾ ਓਕੇ ਨਿਕਲਿਆ ਪੂਰਾ ਨਾ ਭਾਜੀ ਵੇਖੋ ਥਾਣ ਕਿਦਾਂ ਲੱਗਾ ਵਸ਼ੀ ਨੂੰ ਕੋਈ ਗੱਲ ਹੀ ਨਹੀਂ ਆ ਤੇ ਕੋਈ ਚੌਣ ਲੱਗਿਆ ਕੋਈ ਖਰਾਬ ਤਾਂ ਨਹੀਂ ਕਰਦੀ ਨਾ ਨਾ ਭਾਜੀ ਕੋਈ ਕਹਿੰਦੇ ਨੈਣਾ ਪਾਈਦਾ ਜੇ ਭਾਜੀ ਅੱਛਾ ਹਾਂਜੀ ਬਸ ਤੁਸੀਂ ਰੱਸੀ ਪਾ ਕੇ ਚੋਈ ਆ ਜਿਹੜੀ ਰੱਸੀ ਪਾ ਕੇ ਚੋਈ ਠੀਕ ਆ ਤੇ ਜੇਰ ਵਿਖਾ ਦਈਏ ਦੀ ਇੱਕ ਜੇਰ ਭਾਜੀ ਉਹ ਵਿਖਾ ਦਿਓ ਸਾਹਮਣੇ ਪਈ ਆ ਦੇਖ ਸਕਦੇ ਜੀ ਜੇਰ ਜਿਹੜੀ ਪ੍ਰੋਪਰ ਇਹਨੇ ਪਾਤੀ ਆ ਤੇ ਵੀਰ ਜੀ ਦੁੱਧ ਕਿੰਨਾ ਕੁ ਚਵਾ ਜੋਗੇ ਦੂਸਰੇ ਸੂਏ ਵੀਰ ਜੀ ਉਹ ਘਰ ਵਾਲੇ ਦੇ ਕਹਿੰਦੇ 15-16 ਕਿਲੋ ਦਿੰਦੀ ਆ ਹਾਂਜੀ ਪਰ ਆਪਾਂ ਭਾਜੀ 15 ਕਿਲੋ ਦੀ ਗਾਰੰਟੀ ਦਿੰਦੇ ਜੀ ਅੱਛਾ ਹਾਂਜੀ ਕਿ ਪਹਿਲੇ ਸੂਏ ਜਿਹੜਾ ਕਿ 15-16 ਲੀਟਰ ਜਿਹੜਾ ਉਹਨਾਂ ਨੇ ਦੱਸਿਆ ਕਿ ਇਹਨੇ ਚਵਾਇਆ ਆਪਾਂ 15 ਕਿਲੋ ਦੀ ਤੁਹਾਨੂੰ ਗਾਰੰਟੀ ਦਿੰਦੇ ਭਾਜੀ ਅੱਛਾ ਕਿ 15 ਕਿ ਲੀਟਰ ਜਿਹੜਾ ਚਵਾ ਜੋਗੇ ਚਵਾ ਜੂਗੀ ਭਾਜੀ ਚਵਾਉਗੀ ਵਸ਼ੀ ਠੀਕ ਵਸ਼ੀ ਚੰਗੀ ਆ ਕੱਦ ਕਾਠ ਵਾਲੀ ਉਹ ਜੀ ਹਾਂਜੀ ਹਾਂਜੀ ਕੱਦ ਕਾਠ ਜਿਹੜਾ ਚੰਗਾ ਹਾਂਜੀ ਬਾਕੀ ਕਾਲੇ ਰੰਗ ਦੀ ਵੈੜ ਜਿਹੜੀ ਹਾਂਜੀ ਵੀਰ ਜੀ ਖੋਲ ਦਈਏ ਫਿਰ ਇੱਕ ਵਾਰੀ ਤੋੜ ਕੇ ਵਿਖਾਈਏ ਆ ਦੇਖ ਸਕਦੇ ਆ ਕਿ ਰਾਤੀ ਸੂਈ ਆ ਤੇ ਬਾਕੀ ਕੋਈ ਏਡੀ ਲੱਪੇ ਚ ਵੀ ਨਹੀਂ ਆਪਾਂ ਦੇਖ ਸਕਦੇ ਤੇ ਆ ਜਿਹੜੀ ਮਗਰ ਵੱਛੀ ਆ ਸੋਹਣੀ ਵੈੜ ਆ ਥਾਣੇ ਦੇ ਕਰੀ ਤੁਹਾਨੂੰ ਲਾਗੇ ਤੋਂ ਦਿਖਾ ਦਈਏ ਥਾਣਾ ਦਾ ਸਾਈਜ਼ ਜਿਹੜਾ ਚੰਗਾ ਥੋੜਾ ਡਰਦੀ ਆ ਸਾਡੇ ਕੋਲ ਠੀਕ ਹੈ ਵੀਰ ਜੀ ਲੈ ਜਾਵੇ ਇੱਕ ਗੱਲ ਨਹੀਂ ਭਾਈ ਇਹੋ ਜੀ ਕੋਈ ਗੱਲ ਨਹੀਂ ਹੈਗੀ ਠੰਡੀ ਵਸ਼ੀ ਥਾਣ ਵੇਖੋ ਭਾਈ ਥਾਣ ਵਿਖਾਓ ਇੱਕ ਜਿਹੜਾ ਲੋਕ ਲੋਕ ਕੋਈ ਨਹੀਂ ਉੱਥੇ ਲੈ ਜਾਓ ਉੱਥੇ ਜਾ ਕੇ ਦਿਖਾ ਦਿੰਦੇ ਇੱਕ ਵਾਰੀ ਵੀਰ ਜੀ ਨੇ ਫਿਰ ਤੋਂ ਆਪਾਂ ਤੋੜ ਕੇ ਦਿਖਾ ਦਈਏ ਹਵਾਨਾ ਜਿਹੜਾ ਇਹਦਾ ਚੰਗੀ ਤਰ੍ਹਾਂ ਆਪਾਂ ਦਿਖਾਈਏ ਲਾਗੇ ਦਾ ਬਾਕੀ ਕੱਦ ਕਾਠ ਦੀ ਜਿਹੜੀ ਚੰਗੀ ਆ ਤੇ ਹਵਾਨਾ ਆਪਾਂ ਦੇਖ ਸਕਦੇ ਬਿਲਕੁਲ ਕੰਪੈਕਟ ਜੇ ਹਵਾਨੇ ਦੀ ਆ ਕੋਈ ਭਲਾ ਨਹੀਂ ਆ ਹਵਾਨੇ ਦੇ ਤੇ ਨਿੱਗਰ ਹਵਾਨਾ ਜਿਹੜਾ ਰੱਖਦੀ ਤੇ ਬਾਕੀ ਥਾਣਾ ਵੀ ਚੰਗਾ ਹੈ ਠੀਕ ਹੈ ਵੀਰ ਜੀ ਲੈ ਜਾਓ ਬੰਨ ਦਿਓ ਜੀ ਕੱਦ ਕਾਠ ਵੀ ਜਿਹੜਾ ਸੋਹਣਾ ਹੈ ਹੁਣ ਰੇਟ ਜਿਹੜਾ ਇਹਦਾ ਆਪਾਂ ਵੀਰ ਜੀ ਹੁਣਾਂ ਤੋਂ ਪੁੱਛਾਂਗੇ ਕਿੰਨਾ ਕੁ ਮੁੱਲ ਕਰਦੇ ਆ ਥਾਣੇ ਕਰੀ ਤੁਹਾਨੂੰ ਲੱਗ ਰਿਹਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆਹ ਦੇਖ ਸਕਦੇ ਥਾਣਾ ਦਾ ਸਾਈਜ਼ ਕਾਫੀ ਪਿਆਰਾ ਅਤੇ ਹਵਾਨੇ 'ਤੇ ਆਪਾਂ ਬਰੀਕ ਬਰੀਕ ਨਾੜਾਂ ਵੀ ਜਿਹੜੀਆਂ ਦੇਖ ਸਕਦੇ ਸੋਹਣੀਆਂ ਲੱਗਦੀਆਂ ਥਾਣਾ ਦਾ ਗੈਪ ਵੀ ਚੰਗਾ ਅਤੇ ਸਾਈਜ਼ ਵੀ ਜਿਹੜਾ ਚੰਗਾ ਹਾਂਜੀ ਵੀਰ ਜੀ ਫਿਰ ਮੁੱਲ ਫਿਰ ਇਹਦਾ ਆਪਾਂ ਦੱਸ ਦਈਏ ਜੀ ਮੁੱਲ ਭਾਈ 42,000 ਕਰਦੇ ਹਾਂ ਹਾਂਜੀ 2,000 ਛੋਟ ਕਰਾਂਗੇ 40,000 ਦੀ ਦੇ ਦਾਂਗੇ 40,000 ਦੀ ਦੇ ਦੋ ਬਾਕੀ ਮਾਨ ਤਾਨ ਕਰਾਂਗੇ ਕੋਈ ਫਵੀਰ ਭਰਾ ਫੋਨ ਲਾਏ ਕੋਈ ਗੱਲ ਨਹੀਂ ਮਾਨ ਤਾਨ ਖੁੱਲਾ ਹੋਊਗਾ ਅੱਛਾ ਮਾਨ ਤਾਨ ਹੋ ਜਾਊਗਾ ਖੁੱਲਾ ਹਾਂਜੀ ਹਾਂਜੀ ਭਾਈ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਜੀ ਆ ਦੇਖ ਸਕਦੇ ਜੀ ਮਾਨ ਤਾਨ ਵੀਰ ਜੀ ਨੇ ਕਹਿੰਦੇ ਕਿ ਕੋਈ ਨਹੀਂ ਆਪਾਂ ਖੁੱਲਾ ਹੀ ਕਰ ਦਿਆਂਗੇ ਤੇ ਹਵਾਨਾ ਜਿਹੜਾ ਸੋਹਣਾ ਹੁਣ ਤੁਹਾਨੂੰ ਦੂਸਰੇ ਨੰਬਰ ਤੇ ਇੱਕ ਤੋਕੜ ਤੁਹਾਨੂੰ ਗਾਂ ਦਿਖਾਉਣੀ ਹੈ ਜੀ ਭਾਈ ਬੜੀ ਚੰਗੀ ਆ ਦੇਖੋ ਕੀ ਠੰਡੀ ਇਧਰ ਮਾਨ ਹਾਂਜੀ ਵੀਰ ਜੀ ਇਹਦੇ ਬਾਰੇ ਦੱਸ ਦਈਏ ਫਿਰ ਇਹਦੇ ਕੋ ਭਾਈ ਦੁੱਧ 5 ਕਿਲੋ ਜੇ ਅਜੇ ਰਾਤੀ ਆਈ ਮੇਰੇ ਚਿਹਰਾ ਇੱਕ ਕਰੀਏ ਦਾ ਦਿਖਾ ਦਿਓ ਇਦਾਂ ਕਰਕੇ ਲੋ ਭਾਈ ਚਿਹਰਾ ਵਿਖਾ ਆ ਦੇ ਸਕਦੇ
ਠੀਕ ਹੈ ਜੀ ਕਿੰਨਾ ਦੁੱਧ ਜੇ ਵੀਰ ਜੀ ਤੇ ਦੁੱਧ ਭਾਈ 5 ਕਿਲੋ ਆਪਾਂ 4 ਕਿਲੋ ਦੀ ਗਾਰੰਟੀ ਦਿੰਦੇ ਦੁੱਧ 5 ਕਿਲੋ ਪਰ ਅੱਛਾ ਜੀ ਪਰ 4 ਕਿਲੋ ਦੇਣਾ ਰਾਤੀ ਆਈ ਕੋ ਮੇਰਾ ਵੀਰ ਸੇਵਾ ਸੁਆ ਕਰੇ ਦੁੱਧ 7 ਕਿਲੋ ਦੇ ਜੂਗੀ 6-7 ਕਿਲੋ ਰਮਾਨ ਨਾ ਦੇ ਜਾਣਾ ਅੱਛਾ ਅੱਛਾ ਹਾਂਜੀ ਭਾਈ ਠੀਕ ਹੈ ਸੁਆ ਕਿੰਨਾ ਜੇ ਤੇ ਸੁਆ ਭਾਈ ਪਹਿਲਾਂ ਨਾ ਜੇ ਤੇ ਅੱਛਾ ਪਹਿਲਾਂ ਸੁਆ ਹੀ ਗਾਂ ਬਣੀ ਕਿ ਨਹੀਂ ਗਾਂ ਬਣੀ ਘਰ ਵਾਲੇ ਤੇ ਕਹਿੰਦੇ ਮਹੀਨਾ ਹੋ ਗਿਆ ਪਰ ਆਪਾਂ ਗਾਰੰਟੀ ਕੋਈ ਨਹੀਂ ਦੇਣੀ ਠੀਕ ਹੈ ਹਾਂਜੀ ਠੀਕ ਹੈ ਜੀ ਤੇ ਲਿਆ ਫਿਰ ਤੋਰ ਦੋ ਕਰੀ ਨਾ ਠੰਡ ਠੰਡ ਵੀਰ ਜੀ ਇਹਦੇ ਪੂਰੇ ਹੀ ਆ ਜੀ ਨਾ ਪੀ ਜੀ ਕੋਈ ਗੱਲ ਨਹੀਂ ਤੁਸੀਂ ਮੂੰਹ ਸੱਜਾ ਨਹੀਂ ਪੂਰੀ ਕਰ ਜੀ ਆ ਦੇਖ ਸਕਦੇ ਜੀ ਠੀਕ ਹੈ ਵੀਰ ਜੀ ਲਾ ਜੀ ਠੰਡੀ ਆ ਕੋਈ ਭਾਈ ਉਹੀ ਗੱਲ ਨਹੀਂ ਹੈਗੀ ਅੱਛਾ ਭਾਈ ਇਦਾਂ ਥੱਲੇ ਬੈਠੇ ਰੋ ਕੋਈ ਹਲਦੀ ਠੀਕ ਹੈ ਬਾਕੀ ਉਂਝ ਬੈਠ ਦੇਖਣ ਚ ਸੋਹਣੀ ਆ ਤੇ ਦੁੱਧ ਜਿਹੜਾ ਹੁਣ ਇਸ ਟਾਈਮ ਮੌਕੇ ਤੇ 5 ਲੀਟਰ ਆ ਤੇ ਬਾਕੀ ਜਿਹੜੇ ਵੀਰ ਨੂੰ ਘਰੇ ਚਾਹ ਪਾਣੀ ਵਾਸਤੇ ਜਿਹੜੀ ਲੋੜ ਹੁੰਦੀ ਆ ਤੇ ਉਹ ਵੀਰ ਵਾਸਤੇ ਜਿਹੜੀ ਕੋਈ ਗੱਲ ਨਹੀਂ ਭਾਈ ਠੰਡੀ ਵਛੀ ਕੋਈ ਉਹੋ ਜੀ ਗੱਲ ਨਹੀਂ ਤੇ ਫਿਰ ਵੀਰ ਜੀ ਇਹਦਾ ਕੀ ਮੁੱਲ ਰੱਖਣਾ ਜੀ ਆਪਾਂ ਮੁੱਲ ਵੀਰ ਜੀ 7000 ਕਰਦੇ ਆ ਇਹਦਾ ਅੱਛਾ 6000 ਦੀ ਹਾਂ ਨਾ ਹੋਣੀ ਜੀ 6000 ਦੀ ਹਾਂ ਨਾ ਹੋ ਜੂਗੀ ਉਹ ਚ ਹੋਊ ਮੰਤਨ ਕਰ ਦਾਂਗੇ 100-200 ਚ ਅੱਛਾ ਉਹ ਚ ਮੌਕੇ ਤੇ ਚਲੋ ਥੋੜਾ ਬਹੁਤ ਹੋ ਜੂਗਾ ਗਾਂ ਦੇ ਹਿਸਾਬ ਨਾਲ ਹੋ ਜੂਗਾ ਹਾਂ ਜੀ ਕਰ ਦਾਂਗੇ ਠੀਕ ਹੈ ਵੀਰ ਜੀ ਦੁੱਧ 5 ਕਿਲੋ ਹੀ ਆ ਭਾਜੀ ਅੱਛਾ ਹਾਂ ਜੀ ਆਪਾਂ ਤਾਂ 4 ਕਿਲੋ ਕਹਿੰਦੇ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਪਸ਼ੂ ਜਿਹੜੇ ਵੀਰ ਜੀ ਹੁਣਾਂ ਨੇ 2 ਵਕਾਊ ਕੀਤੇ ਆ ਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਆਪਣੀ ਸਮਝ ਦੇ ਹਿਸਾਬ ਨਾਲ ਵੇਖ ਚਾਹ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।